ਪੁਲਿਸ ਨੇ ਦੱਸਿਆ ਕਿ ਅੰਬਸਡਰ ਰਬ੍ਰਜ ਦੇ ਉਤੇ ਕੈਨੇਡਾ ਤੋਂ ਮੀਕਾ ਜਾਣ ਵਾਲੀ ਆਵਾਜਾਈ ਫਿਲਹਾਲ ਮੁੜ ਖੋਲ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਇਸ ਆਵਾਜਾਈ ਨੂੰ ਸੰਭਾਵੀ ਤਮਾਕੀ ਖੇਜ਼ ਸਮਗਰੀ ਮਿਲਣ ਦੀ ਖਬਰ ਤੋਂ ਬਾਅਦ ਜਾਂਚ ਲਈ ਬੰਦ ਕਰ ਦਿੱਤਾ ਗਿਆ ਸੀ ਵਿਨਸਰ ਤੇ ਡੈਟਰਾਇਟ ਨੂੰ ਜੋੜਨ ਵਾਲੇ ਇਸ ਪੁਲ ਨੂੰ ਸੋਮਵਾਰ ਸਵੇਰੇ ਟ੍ਰੈਫਿਕ ਲਈ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਦੇ ਆਲੇ ਦੁਆਲੇ ਵਾਲੇ ਇਲਾਕੇ ਨੂੰ ਵੀ ਖਾਲੀ ਕਰਵਾ ਲਿਆ ਗਿਆ ਸੀ ਵਿਨਸਰ ਪੁਲਿਸ ਨੇ ਆਖਿਆ ਹੈ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਗੱਡੀ ਦੀ ਦੂਜੀ ਵਾਰੀ ਜਾਂਚ ਕਰਨ ਤੋਂ ਬਾਅਦ ਉਸ ਦੇ ਕੁਝ ਤਮਾਕੇ ਕੇਸ ਸਮਗਰੀ ਮਿਲੰਦੇ ਮਗਰੋਂ ਉਹਨਾਂ ਨੂੰ ਅਲਰਟ ਕੀਤਾ ਪੁਲਿਸ ਅਨੁਸਾਰ ਇਸ ਸੰਭਾਵੀ ਤਮਾਕੇ ਕੇਸ ਸਮਗਰੀ ਦੇ ਸਬੰਧ ਵਿੱਚ ਕਿਸੇ ਵਿਅਕਤੀ ਜਾਂ ਥਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀਬੀਐਸਏ ਦਾ ਕਹਿਣਾ ਹੈ ਕਿ ਉਹ ਸਰਹੱਦ ਦੇ ਦੋਵਾਂ ਪਾਸਿਆਂ ਦੇ ਐਮਰਜੈਂਸੀ ਅਧਿਕਾਰੀਆਂ ਦੇ ਨਾਲ ਰਲ ਕੇ ਕੰਮ ਕਰ ਰਹੇ ਨੇ ਤੇ ਹਾਲਾਤ ਉੱਤੇ ਬਾਰੀਕੀ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਇਸ ਦੇ ਨਾਲ ਹੀ ਟ੍ਰੈਫਿਕ ਦੇ ਵਿੱਚ ਪੈਣ ਵਾਲੇ ਵਿਘਨ ਨੂੰ ਵੀ ਘਟਾਇਆ ਜਾ ਰਿਹਾ ਹੈ ਪ੍ਰਭਾਵਿਤ ਹੋਈਆਂ ਗੱਡੀਆਂ ਨੂੰ ਵਿੰਸਰ ਡੈਟਰਾਇਟ ਟਨਲ ਤੇ ਸਾਨੀਆਂ 온ਟਾਰੀਓ ਦੇ ਬਲੂ ਵਾਟਰ ਬ੍ਰਿਜ ਵਾਲੇ ਰੂਟ ਰਾਹੀਂ ਭੇਜਾ ਜਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ